बारे कोई जानकारी देना चाहते बह के गल कर सकते हैं जी बह जो बन के ही ओथों निकलूगा ऐदा नहीं स्कूल कोई बच्चा खाली नहीं जांदा सारा कुछ किदा फिर तारोगे फिर फीस महीने की जा साल की किदा फिर करोगे फीस का हां जी जी तुसी जी मम्मी मेरी हजे कह तेरे रिश्ता लभन डी है ना तो हुण होएगी बच्चा तो मैं साल बाद कर देना व्याह तो बाद चो स्कूले पहुंच जोगा तो तीन चार साल लग ही जाने अजे ताडा व्याह नहीं होया मेरा जी हां जी ताडा ही नहीं जी मेरा व्याह नहीं ना होया अजे रिश्ता लभन डी है हाय ओ मेरा बप्पा कित्ती फस गई मैं अजे ताडा कदों व्याह कदों तुसी बच्चा तन्नू मैं पहला पूछ के बैठी ना कि तन्नू बच्चा ए मेरा इन्ने चिर दा टाइम खराब कीता मैं हुण किन्ने गा कड लेने हीगे अपने मेरा जी कल बच्चा ना कुछ बन सकया फिर जिम्मेवारी माहौल बिलकुल पसंद नहीं ऐसा माहौल ना करो मेरे ना चार साल ऐसा अगे मैं बहुत खपी हूं गर्मी तो इन्नी माहौल वाली गल कदों कीती है जी मैं कीती है ना माहौल वाली कोई गल हां की करन दे जे तुही की कीता मैं पर
अच्छा जी एक गल आ, रिश्तेदार बड़े मेहने मारदे तुहाडे बच्चा को बन ना सके, ते फिर उहनां नूं एक वारी इहनां दा मूंह बंद करना है। ये तुहाडी जिम्मेवारी है फिर बच्चे दा मूंह, लोकां रिश्तेदारां दा साडा बच्चा मूंह बंद करे। हाय रब्बा की गल्लां करन डे जे तुसीं, तुसीं केहड़े जमाने च जीण डे हो, कदों तुसीं विआह करोगे, कदों तुहाडा बच्चा हो। मैं तुहाडे बच्चे दी कोई जिम्मेवारी नहीं लैंदी, मैं नहीं कोई पढ़ाउणा पढ़ाउणा तुहाडे बच्चे नूं, ना की पता कदों तुहाडा बच्चा होणा है। ਹਾਡਾ ਜੀ? ਹਾਂਜੀ ਤੁਹਾਡਾ ਹੀ। ਤੁਸੀਂ ਹੁਣ ਪੜਾਉਣ ਤੋਂ ਨਾ ਕੰਡੇ, ਤੁਸੀਂ ਸਾਨੂੰ ਹੁਣੇ ਗਰੰਟੀ ਦਿੱਤੀ ਕੋ ਬਣਾ ਕੇ ਕੱਢਾਂਗੇ ਬੱਚੇ ਨੂੰ। ਜੇ ਬੱਚਾ ਹੁਣ ਮੇਰੇ ਨਾਲ ਤੁਰਨ ਵਾਲਾ ਹੁੰਦਾ ਸਕੂਲ ਤੇ ਮੈਂ ਗਰੰਟੀ ਵੀ ਦਿੰਦੀ। ਅਜੇ ਤੁਸੀਂ ਕਦੋਂ ਜੰਮਣਾ ਬੱਚਾ ਤੇ ਕਦੋਂ ਮੈਂ ਲੈ ਕੇ ਜਾਣਾ? ਆਪਾਂ ਜੀ ਤੇ ਹੋਰ ਤੁਸੀਂ ਜੀ, ਹੋਰ ਕਿੰਨੇ? ਤੇ ਤੁਸੀਂ ਫਿਰ ਇਹ ਸਕੂਲ ਕਿਉਂ ਖੋਲਿਆ ਮੈਨੂੰ ਇਹ ਦੱਸੋ। ਮੈਂ ਸਕੂਲ ਹੋਰਾਂ ਬੱਚਿਆਂ ਲਈ ਖੋਲਿਆ, ਤੁਹਾਡੇ ਡੰਗਰਾਂ ਦੇ ਬੱਚੇ ਪੜਾਉਣ ਨੂੰ ਨਹੀਂ ਖੋਲਿਆ। ਤੁਹਾਡੀ ਮੰਮਾ ਕਿੱਥੇ ਆ? ਮੰਮੀ ਨਹੀਂ ਹੈਗੀ ਤੁਹਾਡੀ? ਹੈਗੇ ਆ। ਉਹਨਾਂ ਨੂੰ ਆਵਾਜ਼ ਮਾਰੋ। ਕਿਉਂ ਮੰਮਾ ਨੂੰ ਕੀ ਕਹਿਣਾ? ਮੈਂ ਉਹਨਾਂ ਨਾਲ ਗੱਲ ਕਰਨੀ ਹੈ। ਜਾਓ ਉਹਨਾਂ ਨੂੰ ਆਵਾਜ਼ ਮਾਰ ਕੇ ਲਿਆਓ। ਮੈਂ ਲਿਆਵਾਂ? ਹਾਂਜੀ ਤੁਸੀਂ ਲਿਆਓ। ਫਿਰ ਦੱਸ ਕੀ ਗਰੰਟੀ? ਜਾਓ ਉੱਤੇ ਐਡੂ। ਬਾਹਰ ਪਤਾ ਨਹੀਂ ਇੱਕ ਮੈਡਮ ਜੀ ਆਈ ਆ। ਕੀ ਆਂਦੀ? ਆਂਦੀ ਹੈ ਸਕੂਲੇ ਬੱਚੇ ਪਾ ਲਓ, ਦੂਜਾ ਆਪਣਾ ਮੇਰੀ ਕੋਈ ਗਰੰਟੀ ਨਹੀਂ, ਫੀਸਾਂ ਭਰੀ ਜਾਓ ਬਸ। ਤੂੰ ਸਿਰ ਖਪਾਇਆ ਹੋਣਾ, ਉਹਨੇ ਨੀ ਤੇਰਾ ਖਪਾਇਆ ਹੋਣਾ। ਮੇਰਾ ਡੇਢ ਘੰਟਾ ਸਿਰ ਖਾ ਗਈ, ਮੈਂ ਹੁਣ ਪੱਟੇ। ਭਗਵਾਨ ਦਾਖਲ ਉਹਨੂੰ ਕਰਵਾ ਸਕਦੇ ਜੇ, ਤੇ ਇਹਨਾਂ ਨੇ ਤੇ ਸੱਚੀ ਮੇਰਾ ਸਿਰ ਹੀ ਖਪਾ ਦਿੱਤਾ। ਕੌਣ ਨੇ ਤੁਹਾਡੇ? ਇਹ ਤੇ ਮੇਰੇ ਬੇਟੇ ਨੇ, ਪਰ ਇਹਨੂੰ ਕੋਈ ਪਤਾ ਨੀ ਗਾ। ਮੈਨੂੰ ਤੇ ਪਤਾ ਹੀ ਨਹੀਂ, ਮੈਂ ਤੇ ਅੰਦਰ ਹੀ, ਮੈਨੂੰ ਨੀ ਪਤਾ ਲੱਗਾ। ਮੈਂ ਤੇ ਇਹਨਾਂ ਨੂੰ ਪੁੱਛਿਆ ਸੀਗਾ ਆਉਂਦਿਆਂ ਹੀ, ਘਰ ਕੋਈ ਹੈਗਾ ਤੇ ਉਹਨਾਂ ਨੂੰ ਸੱਦ ਦੋ। ਮੈਨੂੰ ਪਹਿਲਾਂ ਇਹਨਾਂ ਤੋਂ ਵੇਖਣ ਤੋਂ ਲੱਗ ਗਿਆ ਕਿ ਇਹਨਾਂ ਨੂੰ ਨਹੀਂ ਲੱਗਦਾ ਪਤਾ ਲੱਗਦਾ ਕੁਛ ਵੀ। ਹਾਂਜੀ ਇਹਨੂੰ ਨਹੀਂ ਪਤਾ ਲੱਗਦਾ ਇਹਨਾਂ ਦਾ ਤੇਰਾ ਸਿਰ ਖਾ ਲਿਆ ਹੋਣਾ। ਹਾਂਜੀ ਬਹੁਤ ਜ਼ਿਆਦਾ ਹੀ ਸਿਰ ਖਾਦਾ ਇਹਨਾਂ ਨੇ ਮੇਰਾ। ਹਾਂਜੀ ਤੇ ਦੱਸੋ ਫਿਰ ਤੁਹਾਡੇ ਘਰ ਹੈਗਾ ਕੋਈ ਹੁਣ ਬੱਚਾ ਦਾਖਲ ਕਰਾਉਣ ਨੂੰ ਕਿ ਨਹੀਂ? ਨਹੀਂ ਸਾਡੇ ਘਰ ਨਹੀਂ ਜੇ, ਤੇ ਪਰਿਵਾਰਾ ਇਹਦਾ ਵਿਆਹ ਹੋਣਾ ਵਾ ਜੇ। ਸਲਾਹ ਕਰਕੇ ਦੱਸ ਲਾਂਗੇ ਤੁਹਾਨੂੰ, ਅਜੇ ਤੇ ਇਹਦਾ ਵਿਆਹ ਹੋਣਾ ਵਾ ਮਗਰ ਅਜੇ। ਕੋਈ ਗੱਲ ਨਹੀਂ। ਹਾਂਜੀ ਚਲੋ ਠੀਕ ਹੈ। ਪਰਮਾਤਮਾ ਕਿੱਥੇ ਫਸਾਤਾ ਸੀ ਮੈਨੂੰ? ਮੈਂ ਤੇ ਕਹਿੰਦੀ ਇਦਾਂ ਦਾ ਗਾਹਕ ਨਾ ਮੈਨੂੰ ਦੋਹਰੇ ਟਕਰਾਈ। ਜੇ ਤੂੰ ਟਕਰਾਇਆ ਨਾ ਤੇਰੀ ਸੌਂ ਖਾ ਕੇ ਕਹਿੰਦੀ ਆ ਰੱਬਾ ਮੈਂ ਨੌਕਰੀ ਛੱਡ ਦੇਣੀ ਆ।